सिविल अस्पताल जालंधर के सिविल सर्जन कार्यालय के बाहर कर्मचारियों ने प्रदर्शन किया। उन्होंने कहा कि लगभग 4 साल से हर माह में 3 से 4 कर्मचारियों का वेतन बंद है, जिसकी वजह से उन्हें खासी दिक्कतों का सामना करना पड़ रहा है। ऐसे में इसका उनकी आर्थिकी पर भी खासा असर दिखाई दे रहा है। अगर सरकार इनका वेतन जारी नहीं करती है तो संगठन एक बड़े संघर्ष के लिए मजबूर होगा, जिसकी जिम्मेदारी पंजाब सरकार की होगी। उन्होंने कहा कि जल्द से जल्द सरकार उनकी समस्याओं का समाधान करे। ਧਰਨਾ ਲਾਇਆ ਗਿਆ ਉਹਦਾ ਕਾਰਨ ਦੱਸ ਦਿਓ ਜੀ। ਮੈਂ ਸੁਭਾਸ਼ ਮੱਟੂ, ਜ਼ਿਲ੍ਹਾ ਪ੍ਰਧਾਨ ਦੀ ਕਲਾਸਪੁਰ ਗੌਰਮੈਂਟ ਅਪਲਾਈ ਹੋਈ। ਇਹ ਧਰਨਾ ਸਾਨੂੰ ਮਜਬੂਰਨ ਅੱਜ ਲਾਉਣਾ ਪਿਆ ਆ। ਅੱਜ 12 ਤਰੀਕ ਹੋ ਗਈ ਹੈ ਅਤੇ ਹਾਲੇ ਤੱਕ ਜਿਹੜੇ ਸਰਕਾਰੀ ਅਦਾਰੇ ਸਾਡਾ ਸਿਵਲ ਸਰਜਨ ਆਫਿਸ ਆ, ਹਾਲੇ ਤੱਕ ਤਨਖਾਹਾਂ ਦਾ ਕੋਈ ਸਾਨੂੰ ਪਰ ਆਉਂਦੇ ਆਸ ਨਹੀਂ ਵੀ ਕੱਲ੍ਹ ਪਰਸੋਂ ਤੱਕ ਮਿਲ ਜਾਣਗੀਆਂ। ਇਹ ਹਰ ਵਾਰੀ ਸਾਨੂੰ 4 ਸਾਲ ਹੋ ਗਏ ਲਗਭਗ ਧਰਨੇ ਪ੍ਰਦਰਸ਼ਨ ਕਰਕੇ ਤਨਖਾਹਾਂ ਲੈਣੀਆਂ ਪੈਂਦੀਆਂ। 3-4 ਮਹੀਨੇ ਦੀ ਸੈਂਕਸ਼ਨ ਆਉਂਦੀ ਆ ਅਤੇ ਉਹਦੇ ਕਰਕੇ ਸਾਨੂੰ ਤਨਖਾਹ ਮਿਲਦੀ ਹੈ। ਮੈਂ ਸਿਵਲ ਸਰਜਨ ਸਾਹਿਬ ਨੂੰ ਬੇਨਤੀ ਮਾਰਚ ਤੋਂ ਪਹਿਲਾਂ ਕੀਤੀ ਹੈ ਵੀ ਸਾਰੇ 31 ਮਾਰਚ ਨੂੰ ਜਿਹੜੀ ਤਨਖਾਹ ਦੀ ਜਿਹੜੀ ਅਵਧੀ ਆ ਉਹ ਬੰਦ ਹੋ ਰਹੀ ਹੈ, ਖਤਮ ਹੋ ਰਹੀ ਆ, ਵੀ ਪਲੀਜ਼ ਉਹ 'ਤੇ ਗੌਰ ਕੀਤੀ ਜਾਵੇ। ਪਰ ਸਾਡੇ ਦਫ਼ਤਰ ਦੇ ਕਲੈਰੀਕਲ ਔਰ ਸਾਡੇ ਦਫ਼ਤਰ ਦੇ ਸੁਪਰਡੈਂਟ ਔਰ ਦਫ਼ਤਰ ਦੇ ਸਿਵਲ ਸਰਜਨ ਸਾਹਿਬ ਸਾਨੂੰ ਆਸ਼ਵਾਸਨ ਦਿੰਦੇ ਰਹੇ, ਅੱਜ ਚਿੱਠੀ ਆਜੂਗੀ, ਕੱਲ੍ਹ ਚਿੱਠੀ ਆਜੂਗੀ, ਅੱਜ ਆਜੂਗੀ, ਕੱਲ੍ਹ ਆਜੂਗੀ, ਸਵੇਰੇ 10 ਵਜੇ ਆਜੂਗੀ। ਅੱਜ 12 ਤਰੀਕ ਤੱਕ ਹਾਲੇ ਤੱਕ ਕੋਈ ਚਿੱਠੀ ਨਹੀਂ ਆਈ। ਸਿਵਲ ਸਰਜਨ ਸਾਹਿਬ ਨੂੰ ਅਸੀਂ ਬੇਨਤੀ ਕੀਤੀ ਸੀ ਵੀ ਸਰ ਸਾਡੀ ਮਜਬੂਰੀ ਆ, ਸਾਨੂੰ ਧਰਨਾ ਲਾਉਣਾ ਪੈਣਾ, ਸਾਡੇ ਘਰਾਂ ਦੇ ਚੁੱਲ੍ਹੇ ਬੰਦ ਹੋ ਰਹੇ ਆ। ਕਲਾਸਵਰ ਜਥੇਬੰਦੀ ਆ, ਕਲਾਸਵਰ ਜਥੇਬੰਦੀ ਆ, ਸਭ ਤੋਂ ਛੋਟੀ ਜਥੇਬੰਦੀ ਆ, ਇਹਨਾਂ ਦੇ ਗੁਜ਼ਾਰੇ ਸਭ ਤੋਂ ਛੋਟੀਆਂ ਤਨਖਾਹਾਂ, ਸਭ ਤੋਂ ਵੱਡੇ ਪਰਿਵਾਰ ਕਲਾਸਵਰ ਯੂਨੀਅਨ ਦੇ, ਸਭ ਤੋਂ ਜ਼ਿਆਦਾ ਖੁਰਾਕ ਅਸੀਂ ਖਾਂਦੇ, ਇਹਨਾਂ ਨੇ ਦੇ ਕੇ 2-2 ਫੁਲਕੇ ਖਾਣੇ, ਅਸੀਂ 4-4 ਫੁਲਕੇ ਖਾਣੇ ਹੁੰਦੇ, ਸਾਡਾ ਖਰਚਾ ਤਾਂ ਇਹਨਾਂ ਤੋਂ ਜ਼ਿਆਦਾ ਆ। ਸਾਨੂੰ ਪੁੱਛਦੇ ਲੋਕ ਜਿਹੜੇ ਦੁੱਧ ਵਾਲੇ ਦੇ ਪੈਸੇ ਦੇਣੇ, ਰਾਸ਼ਨ ਵਾਲੇ ਦੇ ਪੈਸੇ ਦੇਣੇ, ਸਬਜ਼ੀ ਵਾਲੇ ਦੇ ਪੈਸੇ ਦੇਣੇ, ਕਿਹੜੇ ਮਹਿਕਮੇ 'ਚ ਲੱਗੇ ਤੁਸੀਂ, ਤੁਹਾਨੂੰ ਤਨਖਾਹ ਨਹੀਂ ਮਿਲੀ, ਸਾਰਿਆਂ ਨੂੰ ਤਨਖਾਹ ਮਿਲ ਜਾਂਦੀ ਹੈ। ਸੋ ਬੇਨਤੀ ਕਰਦੇ ਹਾਂ ਸਰਕਾਰ ਅੱਗੇ। ਕਿੰਨੇ ਮਹੀਨੇ ਹੋ ਗਏ ਤੁਹਾਨੂੰ ਤਨਖਾਹ ਨਹੀਂ ਮਿਲੀ? ਕਿੰਨੇ ਮਹੀਨੇ ਹੋ ਗਏ ਤੁਹਾਨੂੰ? ਅਪ੍ਰੈਲ ਦੀ ਰੁਕੀ ਹੈ ਜੀ। ਅੱਛਾ, ਅਪ੍ਰੈਲ ਦੀ ਰੁਕੀ ਆ ਜੀ। 4 ਮਹੀਨੇ ਬਾਅਦ ਫਿਰ ਉਹ ਸਾਨੂੰ ਸੈਂਕਸ਼ਨ ਹੁੰਦੀ ਹੈ, ਫਿਰ ਸਾਨੂੰ ਹੜਤਾਲ ਕਰਨੀ ਪੈਂਦੀ ਹੈ। ਸਾਡੇ ਇੱਕ ਮਹਿਕਮੇ 'ਚ ਡਾਕਟਰ ਰਿਟਾਇਰ ਹੋਏ ਸੀਗੇ ਜੀ, ਉਹਨਾਂ ਨੇ ਕੋਰਟ ਕੇਸ ਕਰਕੇ 86,43,000 ਰੁਪਇਆ ਲੈ ਲਿਆ। ਉਹਦੇ ਪੈਸੇ ਲਏ ਆ, ਸਰਕਾਰ ਦੀ ਲੈਟਰ ਆਈ ਵੀ ਉਹ ਰਿਕਵਰ ਕੀਤੇ ਜਾਣ ਸਿਵਲ ਸਰਜਨ, ਉੱਥੋਂ ਦਾ SMO ਸੁਪਰਡੈਂਟ ਅਤੇ ਕਲਰਕ ਜਿਹਨਾਂ ਨੇ ਡੀਲ ਕੀਤਾ ਹੈ, ਉਹ SPC ਉਹਨੇ ਕੋਰਟ ਕੇਸ ਕਰਕੇ ਪੈਸੇ ਲੈ ਲਏ। ਉਹ ਕਹਿੰਦੇ ਇਹਨਾਂ ਕੋਲ ਰਿਕਵਰ ਕੀਤੇ ਜਾਣ, ਉਹ ਕਲਾਸਪੁਰ ਕਿੱਥੋਂ ਰਿਕਵਰ ਕਰੂਗਾ? 1 ਕਰੋੜ ਰੁਪਈਆ ਲਗਭਗ 86,43,000 ਰੁਪਈਆ ਉਹ ਕਿੱਥੋਂ ਪੂਰਾ ਕਰਾ ਹੈ? ਸਾਡੇ ਦਫ਼ਤਰ ਵੱਲੋਂ ਸਪਸ਼ਟੀਕਰਨ ਬਹੁਤ ਦਿੱਤੇ ਗਏ ਆ, ਪਰ ਸਰਕਾਰ ਦੇ ਕੋਲ ਸਾਡਾ ਮਸਲਾ ਹੱਲ ਨਹੀਂ ਹੁੰਦਾ। ਅਸੀਂ ਬੇਨਤੀ ਕਰਦੇ ਹਾਂ ਸਰਕਾਰ ਨੂੰ ਵੀ ਸਾਨੂੰ ਮਜਬੂਰਨ ਕੰਮ ਕਰਕੇ ਬੰਦ ਕਰਨ ਦੀ ਹੜਤਾਲ ਨਾ ਲੋੜ ਪਵੇ। ਪਲੀਜ਼ ਸਾਡੇ ਜਿਹੜਾ ਬੇਨਤੀ ਆ ਵੀ ਸਾਡੇ ਡਰਾਈਵਰ ਕਲਾਸਪੁਰ ਯੂਨੀਅਨ ਦੇ ਜਿਹੜੇ ਨਾਂ ਉਸ ਲੈਟਰ ਤੋਂ ਕੱਢ ਦਿੱਤੇ ਜਾਂ ਜਿਹੜਾ ਇਸ ਕੇਸ ਦੇ ਨਾਲ ਕੋਈ ਸੰਬੰਧ ਨਹੀਂ ਹੈ।